ਇਹ ਸਾਡੇ ਕੋਲ ਐਕਸੀਡੈਂਟ ਕੇਸ ਆਇਆ ਜੀ ਮਹਿੰਦਰੋ ਨਾਮ ਹੈ ਇਹਨਾਂ ਦਾ ਸਾਡੇ ਕੋਲ ਬ੍ਰੌਡ ਡੈਡ ਆਏ ਨੇ ਇਹ ਜੀ ਕੀ ਦੱਸਿਆ ਇਹਨਾਂ ਵੀ ਐਕਸੀਡੈਂਟ ਹੋਇਆ ਐਕਸੀਡੈਂਟ ਕੇਸ ਹੈ ਕਿੱਥੇ ਦੱਸਿਆ ਬਲੇ ਸਰ ਇਹ ਆਪਣੇ ਕੋਲ ਪਾਖੜਾ ਪੁਲ ਤੋਂ ਆਇਆ ਮੇਲੇ ਤਾਂ ਗਏ ਸੀ ਜੀ ਇੱਥੇ ਕੀ ਹੋਇਆ ਇੱਥੇ ਟਰੱਕ ਵਾਲੇ ਨੇ ਸਾਈਡ ਮਾਰਦੀ ਹੈ ਜੀ ਕੀ ਕਰਦੇ ਸੀ ਸਕੂਟਰੀ ਤੇ ਕੌਣ ਕੌਣ ਸਾਹ ਤੁਹਾਡੇ ਨਾਲ ਤੂੰ ਵੀ ਸੀ ਨਾ ਮੈਂ ਕਿ ਭਾਈ ਸੀਗਾ ਭਤੀਜਾ ਸੀਗਾ ਭਾਬੀ ਸੀ ਪੇਪਰ ਜਾਏਗਾ ਨਾਮ ਕੀ ਤੇਰੀ ਮਿੰਦਰੋ ਉਮਰ ਕਿੰਨੀ ਕੋਣੀ ਨਾ ਜੀ ਉਮਰ ਆ ਗਈ 40 45 ਸਾਲ ਦੇ ਇਹ ਜੀ ਭਾਈ ਸਰ ਤੇ ਮੱਥਾ ਟੇਕਣ ਗਏ ਸੀ ਜੀ ਵਾਪਸ ਆ ਰਹੇ ਸੀ ਵਾਪਸ ਆ ਰਹੇ ਸੀ ਇੱਥੇ ਆ ਕੇ ਕਿਸੇ ਨਾਲ ਐਕਸੀਡੈਂਟ ਹੋ ਗਿਆ ਨਾ ਕਿੰਨੇ ਮਾਰੇ ਗੱਡੀ ਵਾਲਾ ਮਾਰਿਆ ਜੀ ਗੱਡੀ ਵਾਲੇ ਕਹਿੰਦੇ ਮਾਰਿਆ ਜੀ ਅਸੀਂ ਤਾਂ ਹੈ ਨਹੀਂ ਸੀ ਉੱਥੇ ਹੁਣ ਕੀ ਪਤਾ ਨਾਲ ਵਾਲੇ ਦੱਸ ਰਹੇ ਨੇ ਵੀ ਗੱਡੀ ਵਾਲੇ ਸਾਈਡ ਮਾਰ ਗਏ ਅਸੀਂ ਮੈਸਰ ਗਏ ਸੀ ਜੀ ਵਾਪਸ ਆ ਰਹੇ ਸੀ ਵਾਪਸ ਆ ਰਹੇ ਸੀ ਜੀ ਤੁਹਾਡੇ ਪਿੱਛੇ ਦੇ ਪਿੱਛੇ ਦਾ ਟਰੱਕ ਹਾਂ ਟਰੱਕ ਪਿੱਛੇ ਦਾ ਆਇਆ ਜੀ ਉਹਨੇ ਮਾੜੀ ਸਾਈਡ ਮਾਰੀ ਕੱਟ ਮਾਰਿਆ ਉੱਤੇ ਚੜਾਤਾ ਬਿਲਕੁਲ ਹੀ ਮੇਰਾ ਇੱਕ ਬੇਟਾ ਸੀ ਕਿ ਮੈਂ ਸੀਗਾ ਜੀ ਬਸ ਇਹਨਾਂ ਹੱਥ ਬੰਦ ਬੰਦ ਰੱਖਿਆ ਪਿਛਲੇ ਟਰ ਤੇ ਲਿਆਈ ਬਸ ਥੱਲੇ ਆ ਗਏ ਹਾਂ ਇਹ ਸਾਈਡ ਮਾਰੀ ਟਰੱਕ ਨੇ ਕੀ ਨਾਮ ਇਹਨਾਂ ਦਾ ਇਨਮਿੰਦਰ ਰਾਣੀ ਉਮਰ ਕਿੰਨੀ ਕੋਣੀ 38 ਸਾਲ ਹੈ ਜੀ ਗੱਲ ਪਤਾ ਕੀ ਭਾਜੀ ਅਸੀਂ ਜਾ ਰਹੇ ਸੀ ਪਿੰਡਰਾ ਪਹਿਲਾਂ ਠੀਕ ਹੈ ਜੀ ਇਹ ਸਾਡਾ ਸਮਾਨ ਲੱਦਿਆ ਪਿੰਡਰਾ ਪਹਿਲਾਂ ਜਾ ਰਹੇ ਸੀਗੇ ਅਸੀਂ ਬਿਲਕੁਲ ਸਹੀ ਆ ਰਹੇ ਸੀ ਆਪਣੇ ਫੁੱਟਪਾਥ ਦੇ ਨਾਲ ਠੀਕ ਹੈ ਜੀ ਉਦੋਂ ਨੋਵਲ ਆਇਆ ਨੋਵਲ ਨੇ ਮਾਰਿਆ ਸਾਨੂੰ ਸਾਈਡ ਗੱਡੀ ਸਾਡੀ ਘੁੰਮ ਗਈ ਸਿੱਧਾ ਜਾ ਕੇ ਉੱਥੇ ਜਾ ਕੇ ਵੱਜੀ ਅੱਗੋਂ ਸਰ ਸਕੂਟਰੀ ਵਾਲਾ ਉਧਰੋਂ ਆ ਰਿਹਾ ਸੀ ਸਾਨੂੰ ਇਹ ਨਹੀਂ ਪਤਾ ਲੱਗਾ ਕਦ ਵੱਜਿਆ ਕਦ ਨਹੀਂ ਵੱਜੀ ਇਹ ਨਹੀਂ ਪਤਾ ਲੱਗਾ ਉਧਰੋਂ ਆ ਰਹੇ ਸੀਗੇ ਸਰ ਤੇ ਤੁਸੀਂ ਦੋਨੇ ਪਲਟ ਕੇ ਡਿੱਗ ਪਏ ਕਿਦਾਂ ਹਾਂਜੀ ਸਰ ਅਸੀਂ ਦੋਨੇ ਪਲਟ ਕੇ ਉਧਰ ਗਿਰ ਗਏ ਜੀ ਤੇ ਤੁਹਾਨੂੰ ਕਿਹਨੇ ਕੱਢਿਆ ਸਰ ਸਾਨੂੰ ਫੌਜੀਆਂ ਨੇ ਕੱਢਿਆ ਜੀ ਫੌਜੀਆਂ ਨੇ ਹਾਂਜੀ ਉਹ ਤੁਸੀਂ ਕੁਝ ਨਹੀਂ ਬੇਹੋਸ਼ ਹੋ ਗਏ ਸੀ ਨਾ ਜੀ ਸਰ ਆਪਾਂ ਇਹ ਬੇਹੋਸ਼ ਸੀ ਮੈਂ ਠੀਕ ਸੀ ਠੀਕ ਹੈ ਹਾਂਜੀ ਫਿਰ ਅਸੀਂ ਪਾਣੀ ਪਾਣੀ ਪਿੱਤਾ ਫਿਰ ਅਸੀਂ ਠੀਕ ਰਹੇ ਗੱਡੀ ਚੱਕੀ ਜਾ ਰਹੀ ਸੀ ਨਾ ਉਧਰ ਇਹ ਸਾਡੇ ਕੋਲ ਐਕਸੀਡੈਂਟ ਕੇਸ ਆਇਆ ਜੀ ਮਹਿੰਦਰੋ ਨਾਮ ਹੈ ਇਹਨਾਂ ਦਾ ਸਾਡੇ ਕੋਲ ਬ੍ਰੌਡ ਡੈਡ ਆਏ ਨੇ ਇਹ ਜੀ ਕੀ ਦੱਸਿਆ ਇਹਨਾਂ ਵੀ ਐਕਸੀਡੈਂਟ ਹੋਇਆ ਐਕਸੀਡੈਂਟ ਕੇਸ ਕਿੱਥੇ ਦੱਸਿਆ ਬਲੇ ਸਰ ਇਹ ਆਪਣੇ ਕੋਲ ਪਾਖੜਾ ਪੁਲ ਤੋਂ ਆਇਆ ਮੇਲੇ ਤਾਂ ਗਏ ਸੀ ਜੀ ਇੱਥੇ ਕੀ ਹੋਇਆ ਇੱਥੇ ਟਰੱਕ ਵਾਲੇ ਨੇ ਸਾਈਡ ਮਾਰਦੀ ਹੈ ਜੀ ਕੀ ਕਰਦੇ ਸੀ ਸਕੂਟਰੀ ਤੇ ਕੌਣ ਕੌਣ ਸਾਹ ਤੁਹਾਡੇ ਨਾਲ ਤੂੰ ਵੀ ਸੀ ਨਾ ਮੈਂ ਕਿ ਭਾਈ ਸੀਗਾ ਭਤੀਜਾ ਸੀਗਾ ਭਾਬੀ ਸੀ ਪੇਪਰ ਜਾਏਗਾ ਨਾਮ ਕੀ ਤੇਰੀ ਮਿੰਦਰੋ ਉਮਰ ਕਿੰਨੀ ਕੋਣੀ ਨਾ ਜੀ ਉਮਰ ਆ ਗਈ 40 45 ਸਾਲ ਦੇ ਇਹ ਜੀ ਭਾਈ ਸਰ ਤੇ ਮੱਥਾ ਟੇਕਣ ਗਏ ਸੀ ਜੀ ਵਾਪਸ ਆ ਰਹੇ ਸੀ ਵਾਪਸ ਆ ਰਹੇ ਸੀ ਇੱਥੇ ਆ ਕੇ ਕਿਸੇ ਨਾਲ ਐਕਸੀਡੈਂਟ ਹੋ ਗਿਆ ਨਾ ਕਿੰਨੇ ਮਾਰੇ ਗੱਡੀ ਵਾਲਾ ਮਾਰਿਆ ਜੀ ਗੱਡੀ ਵਾਲੇ ਕਹਿੰਦੇ ਮਾਰਿਆ ਜੀ ਅਸੀਂ ਤਾਂ ਹੈ ਨਹੀਂ ਸੀ ਉੱਥੇ ਹੁਣ ਕੀ ਪਤਾ ਨਾਲ ਵਾਲੇ ਦੱਸ ਰਹੇ ਨੇ ਵੀ ਗੱਡੀ ਵਾਲੇ ਸਾਈਡ ਮਾਰ ਗਏ ਅਸੀਂ ਮੈਸਰ ਗਏ ਸੀ ਜੀ ਵਾਪਸ ਆ ਰਹੇ ਸੀ ਵਾਪਸ ਆ ਰਹੇ ਸੀ ਜੀ ਤੁਹਾਡੇ ਪਿੱਛੇ ਦੇ ਪਿੱਛੇ ਦਾ ਟਰੱਕ ਹਾਂ ਟਰੱਕ ਪਿੱਛੇ ਦਾ ਆਇਆ ਜੀ ਉਹਨੇ ਮਾੜੀ ਸਾਈਡ ਮਾਰੀ ਕੱਟ ਮਾਰਿਆ ਉੱਤੇ ਚੜਾਤਾ ਬਿਲਕੁਲ ਹੀ ਮੇਰਾ ਇੱਕ ਬੇਟਾ ਸੀ ਕਿ ਮੈਂ ਸੀਗਾ ਜੀ ਬਸ ਇਹਨਾਂ ਹੱਥ ਬੰਦ ਬੰਦ ਰੱਖਿਆ ਪਿਛਲੇ ਟਰ ਤੇ ਲਿਆਈ ਬਸ ਥੱਲੇ ਆ ਗਏ ਹਾਂ ਇਹ ਸਾਈਡ ਮਾਰੀ ਟਰੱਕ ਨੇ ਕੀ ਨਾਮ ਇਹਨਾਂ ਦਾ ਇਨਮਿੰਦਰ ਰਾਣੀ ਉਮਰ ਕਿੰਨੀ ਕੋਣੀ 38 ਸਾਲ ਹੈ ਜੀ ਗੱਲ ਪਤਾ ਕੀ ਭਾਜੀ ਅਸੀਂ ਜਾ ਰਹੇ ਸੀ ਪਿੰਡਰਾ ਪਹਿਲਾਂ ਠੀਕ ਹੈ ਜੀ ਇਹ ਸਾਡਾ ਸਮਾਨ ਲੱਦਿਆ ਪਿੰਡਰਾ ਪਹਿਲਾਂ ਜਾ ਰਹੇ ਸੀਗੇ ਅਸੀਂ ਬਿਲਕੁਲ ਸਹੀ ਆ ਰਹੇ ਸੀ ਆਪਣੇ ਫੁੱਟਪਾਥ ਦੇ ਨਾਲ ਠੀਕ ਹੈ ਜੀ ਉਦੋਂ ਨੋਵਲ ਆਇਆ ਨੋਵਲ ਨੇ ਮਾਰਿਆ ਸਾਨੂੰ ਸਾਈਡ ਗੱਡੀ ਸਾਡੀ ਘੁੰਮ ਗਈ ਸਿੱਧਾ ਜਾ ਕੇ ਉੱਥੇ ਜਾ ਕੇ ਵੱਜੀ ਅੱਗੋਂ ਸਰ ਸਕੂਟਰੀ ਵਾਲਾ ਉਧਰੋਂ ਆ ਰਿਹਾ ਸੀ ਸਾਨੂੰ ਇਹ ਨਹੀਂ ਪਤਾ ਲੱਗਾ ਕਦ ਵੱਜਿਆ ਕਦ ਨਹੀਂ ਵੱਜੀ ਇਹ ਨਹੀਂ ਪਤਾ ਲੱਗਾ ਉਧਰੋਂ ਆ ਰਹੇ ਸੀਗੇ ਸਰ ਤੇ ਤੁਸੀਂ ਦੋਨੇ ਪਲਟ ਕੇ ਡਿੱਗ ਪਏ ਹਾਂਜੀ ਸਰ ਅਸੀਂ ਦੋਨੇ ਪਲਟ ਕੇ ਉਧਰ ਗਿਰ ਗਏ ਜੀ ਤੇ ਤੁਹਾਨੂੰ ਕਿਹਨੇ ਕੱਢਿਆ ਸਰ ਸਾਨੂੰ ਫੌਜੀਆਂ ਨੇ ਕੱਢਿਆ ਜੀ ਫੌਜੀਆਂ ਨੇ ਹਾਂਜੀ ਉਹ ਤੁਸੀਂ ਕੁਝ ਨਹੀਂ ਬੇਹੋਸ਼ ਹੋ ਗਏ ਸੀ ਨਾ ਜੀ ਸਰ ਆਪਾਂ ਇਹ ਬੇਹੋਸ਼ ਸੀ ਮੈਂ ਠੀਕ ਸੀਗਾ ਠੀਕ ਹੈ ਹਾਂਜੀ ਫਿਰ ਅਸੀਂ ਪਾਣੀ ਪਾਣੀ ਪਿੱਤਾ ਫਿਰ ਅਸੀਂ ਠੀਕ ਰਹੇ ਸਕੂਟਰੀ ਵਾਲਾ ਵੀ ਆ ਰਿਹਾ ਸੀ ਆਟੋ ਵਾਲੇ ਵੀ ਆ ਰਹੇ ਸੀ ਜਿਸ ਟਾਈਮ ਗੱਡੀ ਚੱਕੀ ਜਾ ਰਹੀ ਸੀ ਨਾ ਉਧਰ ਸਰ ਸਾਨੂੰ ਇਹ ਨਹੀਂ ਪਤਾ ਕਿਹੜਾ ਵਜੇ ਅਸੀਂ ਦੋਨੇ ਬੁੰਦਰੇ ਵਿੱਚ ਪਲਟੇ ਹਾਂਜੀ ਸਰ